ਸਰ ਮੋਤਾ ਸਿੰਘ, ਜਿਸ ਨੂੰ ਏਸ਼ੀਆ ਦਾ ਹੁੰਦੇ ਹੋਏ ਬ੍ਰਿਟਿਸ਼ ਯੂਨਾਈਟਿਡ ਕਿੰਗਡਮ ਦਾ ਪਹਿਲਾ ਸਿੱਖ ਜੱਜ ਚੁਣਿਆ ਗਿਆ, ਜੋ ਪੂਰੇ ਏਸ਼ੀਆ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਦਾ ਜਨਮ 26 ਜੁਲਾਈ 1930 ਨੂੰ ਨਿਰੂਬੀਆ ਕੀਨੀਆ ਦੇ ਵਿੱਚ ਹੋਇਆ। ਨਿਰੂਬੀਆ ਰਹਿੰਦੇ ਹੋਏ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਉੱਥੇ ਹੀ ਉਹ ਯੂਰੋਪੀਅਨ ਦੇ ਵਕੀਲਾਂ ਦੀ ਫਰਮ ਵਿੱਚ ਸ਼ਾਮਿਲ ਹੋ ਗਏ ਸਨ। ਇਸੇ ਦੌਰੇ ਦੇ ਦੌਰਾਨ ਉਹਨਾਂ ਦਾ ਵਿਆਹ ਸਵਰਨ ਕੌਰ ਨਾਲ 1950 ਵਿੱਚ ਹੋਇਆ। ਨਿਰੂਬੀਆ ਤੋਂ 1953 ਵਿੱਚ ਮੋਤਾ ਸਿੰਘ ਆਪਣੇ ਪਰਿਵਾਰ ਨਾਲ ਇੰਗਲੈਂਡ ਆ ਗਏ। 1955 ਵਿੱਚ ਉਹਨਾਂ ਨੇ ਆਪਣੇ ਬਾਰ ਕੌਂਸਲ ਦੀ ਵਿਦਿਆ ਨੂੰ ਪੂਰਾ ਕਰਕੇ ਫਿਰ ਕੀਨੀਆ ਵਾਪਸ ਜਾਣਾ ਸਹੀ ਸਮਝਿਆ। ਬਾਰ ਦੀ ਵਿਦਿਆ ਪੂਰੀ ਕਰਨ ਮਗਰੋਂ ਉਹਨਾਂ ਨੇ ਕੀਨੀਆ ਅੰਦਰ ਰਹਿੰਦਿਆਂ ਇਸ ਦਾ ਅਭਿਆਸ ਵੀ ਕੀਤਾ। ਸਰਮੋਤਾ ਸਿੰਘ ਨੇ ਰਾਜਨੀਤਿਕ ਖੇਤਰ ਵਿੱਚ ਵੀ ਆਪਣੀ ਕਿਸਮਤ ਅਜਮਾਈ ਅਤੇ ਇੱਕ ਸਿਟੀ ਕੌਂਸਲਰ ਵਜੋਂ ਉਸਨੂੰ ਚੁਣਿਆ ਵੀ ਗਿਆ। ਉਸ ਤੋਂ ਬਾਅਦ ਨਿਰੂਬੀ ਸਿਟੀ ਦੇ ਐਲਡਮੈਨ ਦੇ ਅਹੁਦੇ 'ਤੇ ਉਹਨਾਂ ਨੇ ਆਪਣੇ ਆਪ ਨੂੰ ਪਹੁੰਚਾਇਆ। ਇੰਗਲੈਂਡ ਜਾ ਕੇ 1967 ਵਿੱਚ ਇੰਗਲਿਸ਼ ਬਾਰ ਕੌਂਸਲ ਵਿੱਚ ਸ਼ਾਮਿਲ ਹੋ ਗਏ। ਉਨੀ ਵਿੱਚ ਉਸਦੀ ਨਿਯੁਕਤੀ ਨੇ ਪੂਰੇ ਏਸ਼ੀਆ ਦਾ ਨਾਮ ਰੋਸ਼ਨ ਕੀਤਾ, ਜੋ ਵਿਦੇਸ਼ ਦੀ ਧਰਤੀ 'ਤੇ ਅੰਗਰੇਜ਼ਾਂ ਦੀ ਹਕੂਮਤ ਅੰਦਰ ਪੱਗ ਬਣ ਕੇ ਅੰਗਰੇਜ਼ੀ ਬੈਂਚ 'ਤੇ ਪਹਿਲੇ ਸਿੱਖ ਜੱਜ ਬਣੇ, ਜਿਸ ਨੇ ਬ੍ਰਿਟਿਸ਼ ਰਾਜ ਵਿੱਚ ਆਪਣੀ ਕਿਸਮਤ 'ਤੇ ਮਿਹਨਤ ਸਦਕਾ ਅੰਗਰੇਜ਼ੀ ਬੈਂਚ 'ਤੇ ਬਹਿ ਕੇ ਇੱਕ ਜੱਜ ਦੇ ਰੋਲ ਨੂੰ ਅਦਾ ਕੀਤਾ, ਜਿੱਥੇ ਸਿੱਖ ਆਪਣੀ ਦਸਤਾਨ ਨੂੰ ਲੈ ਕੇ ਵਿਦੇਸ਼ਾਂ ਦੀ ਧਰਤੀ 'ਤੇ ਆਪਣੇ ਹੱਕ ਲਈ ਲੜਦੇ ਹਨ। ਉੱਥੇ ਹੀ ਸਰਮੋਤਾ ਸਿੰਘ ਨੇ ਅੰਗਰੇਜ਼ੀ ਰਾਜ ਵਿੱਚ ਜੱਜ ਬਣ ਕੇ ਅਹਿਮ ਫੈਸਲਾ ਕੀਤਾ, ਜੋ ਸਿੱਖ ਜਥੇਬੰਦੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਵਿਦੇਸ਼ਾਂ ਦੀ ਧਰਤੀ 'ਤੇ ਪੈਦਾ ਹੋਏ ਸਰਮੋਤਾ ਸਿੰਘ ਬਾਹਰ ਦੇ ਫਾਰਮ ਤੋਂ ਲੈ ਕੇ ਸਿਟੀ ਕੌਂਸਲਰ ਅਤੇ ਹੋਰ ਅਹੁਦਿਆਂ 'ਤੇ ਸੇਵਾ ਨਿਭਾਉਂਦੇ ਹੋਏ ਪਹਿਲੇ ਪੱਗ ਬੰਨ ਜੱਜ ਵਜੋਂ ਬ੍ਰਿਟਿਸ਼ ਸਰਕਾਰ ਅੰਦਰ ਆਪਣਾ ਰੋਲ ਅਦਾ ਕੀਤਾ। ਪੰਜਾਬੀ ਕਿਸੇ ਵੀ ਧਰਤੀ 'ਤੇ ਹੋਣ, ਪਰ ਉਹ ਪਹਿਲਾ ਪੰਜਾਬੀ ਨੇ ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਆਪਣੇ ਨਾਮ ਦੇ ਝੰਡੇ ਗੱਡੇ। ਇਹੋ ਜਿਹੀ ਸ਼ਖਸੀਅਤ ਸਨ ਸਰਮੋਤਾ ਸਿੰਘ, ਜਿਨ੍ਹਾਂ ਨੇ ਸਾਰੀ ਲਾਈਫ ਬ੍ਰਿਟਿਸ਼ ਸਰਕਾਰ ਦੇ ਅਹੁਦਿਆਂ 'ਤੇ ਕੰਮ ਕਰਦੇ ਆਪਣੇ ਸਿੱਖ ਧਰਮ ਦਾ ਮਾਣ ਵਧਾਇਆ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕੀਤਾ। 13 ਨਵੰਬਰ 2016 ਨੂੰ ਬ੍ਰਿਟਿਸ਼ ਰਾਜ ਦਾ ਪਹਿਲਾ ਸਿੱਖ ਜੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ, ਪਰ ਉਹਨਾਂ ਦੇ ਕੀਤੇ ਕੰਮ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਤੁਸੀਂ ਇਸ ਬ੍ਰਿਟਿਸ਼ ਰਾਜ ਦੇ ਪਹਿਲੇ ਪੱਗ ਬੰਨਣ ਵਾਲੇ ਸਿੱਖ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। and punjab